ਪਿਛਲੇ ਦਿਨੀ ਕੇਂਦਰ ਵਿੱਚ ਪ੍ਰਸ਼ਾਸਨ ਚਲਾ ਰਹੀ ਕੌਮੀ ਪਾਰਟੀ ਭਾਜਪਾ ਕਈ ਕਾਰਨਾ ਕਰਕੇ ਵਿਵਾਦ ਵਿੱਚ ਘਿਰ ਰਹੀ ਹੈ ਡੰਡੇ ਇੱਕ ਵੱਡੇ ਲੋਕਤੰਤਰੀ ਦੇਸ਼ ਵਿੱਚ ਜਿੰਨੀ ਵੱਡੀ ਜ਼ਿੰਮੇਵਾਰੀ ਦੇਸ਼ ਵਾਸੀਆਂ ਨੇ ਇਸ ਪਾਰਟੀ ਅਤੇ ਇਸ ਦੇ ਨੇਤਾਵਾਂ ਨੂੰ ਸੌਂਪੀ ਹੈ ਉਸ ਦੇ ਹਾਨ ਹੀ ਹੋਣਾ ਇਸ ਦੀ ਵੱਡੀ ਜ਼ਿੰਮੇਵਾਰੀ ਬਣੇ ਗਈ ਹੈ ਡੰਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਧਰਮ ਨਿਰਪੱਖ ਸੰਵਿਧਾਨ ਅਪਣਾ ਕੇ ਭਾਰਤ ਨੇ ਦੁਨੀਆ ਭਰ ਵਿੱਚ ਇੱਕ ਮਿਸਾਲ ਕਾਇਮ ਕੀਤੀ ਸੀ ਡੰਡੀ ਜਦੋਂ ਅੰਗਰੇਜ਼ ਭਾਰਤ ਤੇ ਆਪਣੇ 200 ਸਾਲਾਂ ਦੇ ਕਬਜ਼ੇ ਨੂੰ ਛੱਡ ਰਹੇ ਸਨ ਉਸ ਸਮੇਂ ਦੇ ਹਾਕਮਾਂ ਨੇ ਅਤੇ ਬਰਤਾਨੀਆ ਵਿੱਚ ਬੈਠੇ ਉਹਨਾਂ ਦੇ ਆਕਾਵਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਭਾਰਤੀ ਹਲੇ ਉਸ ਹੱਦ ਤੱਕ ਸਿਆਣੇ ਨਹੀਂ ਹੋਏ ਕਿ ਉਹ ਇਸ ਦੇਸ਼ ਨੂੰ ਚਲਾ ਸਕਣ ਦੰਡੇ ਉਹਨਾਂ ਦੇ ਹੱਥ ਵਿੱਚ ਦੇਸ਼ ਦੀ ਵਾਗਡੋਰ ਔਰ ਤੇ ਇਸ ਵਿੱਚ ਪੂਰੀ ਤਰ੍ਹਾਂ ਖੇਲਾਰਾ ਪੈ ਜਾਏਗਾ ਡੰਡੇ ਪਰ ਸਮਾਪਾ ਕੇ ਉਹਨਾਂ ਦੀਆਂ ਇਹ ਭਵਿੱਖ ਬਾਣੀਆਂ ਗਲਤ ਸਾਬਿਤ ਹੋਈਆਂ ਡੰਡੇ ਆਪਣੀਆਂ ਸਾਰੀਆਂ ਸੀਮਾਵਾਂ ਅਤੇ ਘਾਟਾਂ ਦੇ باوجود ਅੱਜ ਵੀ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਡੰਡੇ ਕੁਝ ਸਮੇਂ ਨੂੰ ਛੱਡ ਕੇ ਇੱਥੇ ਲਗਾਤਾਰ ਚੋਣਾ ਹੁੰਦੀਆਂ ਰਹੀਆਂ ਹਨ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣਦੀਆਂ ਤੇ ਟੁੱਟਦੀਆਂ ਰਹੀਆਂ ਹਨ ਡੰਡੀ ਸਮੇਂ ਦੇ ਮੁਤਾਬਕ ਸੰਵਿਧਾਨ ਵਿੱਚ ਸੋਧਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ ਡੰਡੀ ਵਿਕਾਸ ਦੇ ਪੱਖ ਤੋਂ ਵੀ ਇਸ ਦੀ ਚਾਲ ਕਈ ਵਾਰ ਮੱਦਮ ਪੈਂਦੀ ਰਹੀ ਹੈ ਡੰਡੀ ਗੌਰਵਤ ਦੇ ਗਰਬਤ ਤੇ ਬੇਰੁਜ਼ਗਾਰੀ ਵਰਗੀਆਂ ਵੱਡੀਆਂ ਘਾਟਾਂ ਹਲੇ ਵੀ ਦੇਸ਼ ਵਿੱਚ ਬੁਰੀ ਤਰ੍ਹਾਂ ਰੜਕਦੀਆਂ ਹਨ ਡੰਡੀ ਹਲੇ ਵੀ ਬਹੁਤ ਲੋਕ ਜੀਵਨ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਹਲੇ ਵੀ ਇੱਥੇ ਜਾਤੀਵਾਦ ਦਾ ਬੋਲਬਾਲਾ ਹੈ ਡੰਡੀ ਥਾਪੁਰ ਥਾ ਫਿਰਕੂ ਝਗੜੇ ਵੀ ਹੁੰਦੇ ਰਹੇ ਹਨ ਪਰ ਇਸ ਸਭ ਦੇ باوجود ਦੇਸ਼ ਦੀਆਂ ਸਿਆਸੀ ਸਮਾਜਿਕ ਅਤੇ ਸੱਭਿਆਚਾਰਕ ਰਵੈਤਤਾ ਅਤੇ ਪਰੰਪਰਾਵਾਂ ਮਜ਼ਬੂਤ ਹੁੰਦੀਆਂ ਰਹੀਆਂ ਹਨ ਡੰਡੀ ਦੇਸ਼ ਆਪਣੀ ਚਾਲ ਨਾਲ ਅੱਗੇ ਵਧ ਰਿਹਾ ਹੈ ਅੱਜ ਵੀ ਇਸ ਸਾਹਮਣੇ ਅਨੇਕਾਂ-ਅਨੇਕ ਚੁਣੌਤੀਆਂ ਖੜੀਆਂ ਹਨ ਜਿਨ੍ਹਾਂ ਦਾ ਮੁਕਾਬਲਾ ਕਰਨ ਲਈ ਇਸ ਨੂੰ ਤਿਆਰ ਹੋਣਾ ਪਵੇਗਾ ਡੰਡੀ ਦੇਸ਼ ਦੇ ਲੋਕ ਸਰਕਾਰਾਂ ਬਣਾਉਂਦੇ ਹਨ ਉਹਨਾਂ ਤੋਂ ਵੱਡੀਆਂ ਉਮੀਦਾਂ ਵੀ ਰੱਖੀਆਂ ਜਾਂਦੀਆਂ ਹਨ ਡੰਡ ਜਿਸ ਪਾਰਟੀ ਜਾਂ ਧਿਰ ਨੂੰ ਵਧੇਰੇ ਹੰਗਾਰਾ ਮਿਲਦਾ ਹੈ ਉਸ ਨੂੰ ਵੱਖ-ਵੱਖ ਪੱਦਰਾ ਤੇ ਪ੍ਰਸ਼ਾਸਨ ਚਲਾਉਣ ਦਾ ਮੌਕਾ ਮਿਲਦਾ ਹੈ ਡੰਡ ਇਹ ਤਤਕਾਲੀ ਸਰਕਾਰਾਂ ਤੇ ਨਿਰਭਰ ਕਰਦਾ ਹੈ ਕਿ ਉਹ ਦੇਸ਼ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਂਦੀਆਂ ਹਨ ਬਿਨਾਂ ਸ਼ੱਕ ਭਾਜਪਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਵਾਰ ਫਿਰ ਵੱਡਾ ਹੰਗਾਰਾ ਮਿਲਣ ਤੋਂ ਬਾਅਦ ਉਹਨਾਂ ਦੀ ਸਰਕਾਰ ਮੁੜ ਹੋਣ ਵਿੱਚ ਆਈ ਹੈ ਦੰਡੇ ਅਸੀਂ ਇਸ ਸਰਕਾਰ ਤੋਂ ਬੇहद ਜ਼ਿੰਮੇਵਾਰੀ ਦੀ ਉਮੀਦ ਕਰਦੇ ਹਾਂ ਇਹ ਦੇਸ਼ ਵੱਡਾ ਹੋਣ ਦੇ ਨਾਲ-ਨਾਲ ਗੁੰਝਲਦਾਰ ਵੀ ਹੈ। ਦੇਸ਼ ਵਸੀ ਅਨੇਕਾਂ ਹੀ ਵੱਖੋ-ਵੱਖਰੇ ਪੜਾਵਾਂ ਵਿੱਚੋਂ ਲੰਘਦੇ ਹੋਏ ਜੀਵਨ ਬਤੀਤ ਕਰਦੇ ਹਨ। ਉਹਨਾਂ ਨੂੰ ਸਮਝਣਾ, ਉਹਨਾਂ ਦੀ ਪ੍ਰਤੀਨਿਧਤਾ ਕਰਨਾ, ਬੇਲੋੜੇ ਵਿਵਾਦਾਂ ਤੋਂ ਬਚਣਾ ਤਤਕਾਲੀ ਸਰਕਾਰਾਂ ਦੀ ਅਹਿਮ ਜ਼ਿੰਮੇਵਾਰੀ ਹੈ। ਡੰਡੀ ਇਹ ਗੱਲ ਜ਼ਰੂਰ ਅਫਸੋਸ ਨਾਲ ਕਹੀ ਜਾ ਸਕਦੀ ਹੈ ਕਿ ਅੱਜ ਬਹੁਤ ਸਿਆਸੀ ਪਾਰਟੀਆਂ ਦਾ ਮੁੱਖ ਨਿਸ਼ਾਨਾ ਕਿਸੇ ਨਾ ਕਿਸੇ ਰੂਪ ਵਿੱਚ ਵੋਟਾਂ ਪ੍ਰਾਪਤ ਕਰਕੇ ਸੱਤਾ ਤੇ ਕਬਜ਼ਾ ਹੋਣਾ ਹੀ ਰਹਿ ਗਿਆ ਹੈ। ਸਟਾਪ